ਇਹਨਾਂ ਕੁੜੀਆਂ ਦਾ ਕੀ ਆ, ਇਹਨਾਂ ਚਿੜੀਆਂ ਦਾ ਕੀ ਆ? ਅੱਜ ਇੱਥੇ ਜਨਮ ਲੈਣਾ, ਕੱਲ ਦੂਜੇ ਬੇੜੇ ਤੁਰ ਜਾਣਾ। ਓਹੋ ਅੱਛਾ ਜੀ, ਕਿਆ ਬਾਤ ਹੈ ਕਿ ਮਹਾਰਾਜ ਬੜੇ ਛੁੱਟ ਕੇ ਬੈਠੇ ਹੋ। ਕੁੜੀਆਂ ਤੁਹਾਡਾ ਮੈਂ ਤੁਹਾਡੇ ਵਾਸਤੇ ਪ੍ਰਚਾਰ ਆ ਜਾਂਦਾ ਜਾਂਦਾ, ਅਗਰ ਚੰਗਾ ਲੱਗੂਗਾ ਮੇਰੇ ਜਾਣ ਤੋਂ ਬਾਅਦ ਤਾੜੀ ਜ਼ਰੂਰ ਵਜਾ ਦਿਓ, ਠੀਕ ਹੈ? ਕੁੜੀਆਂ, ਕੁੜੀਆਂ ਨੂੰ ਲੋਕੀ ਇਸ ਇੰਡੀਆ ਦੇ ਵਿੱਚ ਪੂਜਿਆ ਜਾਂਦਾ ਆ, ਇੰਡੀਆ ਦੇ ਵਿੱਚ ਇਹਨਾਂ ਕੁੜੀਆਂ ਨੂੰ ਪੂਜਿਆ ਜਾਂਦਾ, ਪਰ ਇਸ ਇੰਡੀਆ ਦੇ ਵਿੱਚ ਹੀ ਨਾ ਕੁੜੀਆਂ ਦਾ ਕਤਲ ਵੀ ਕੀਤਾ ਜਾਂਦਾ ਆ। ਅਦੋਂ ਕਿੱਥੇ ਜਾਂਦਾ ਸਾਡਾ ਸਮਾਜ, ਸਾਡਾ ਹਿੰਦੁਸਤਾਨ ਕਿੱਥੇ ਜਾਂਦਾ ਆ? ਕਿਉਂ 8 ਸਾਲ ਤੋਂ ਥੱਲੇ ਜਿਹੜੀ ਕੁੜੀ ਹੁੰਦੀ ਆ, 8 ਸਾਲ ਦੇ ਥੱਲੇ ਜਿਹੜੀ ਕੁੜੀ ਆ ਉਹਨੂੰ ਕੰਜਕ ਮੰਨਦੇ ਆ, ਹੈ ਨਾ ਮੰਨਦੇ ਆ? ਥੈਂਕ ਯੂ ਭੈਣੇ, ਬਾਏ ਹਾਏ, ਬਾਬੇ ਵਾਲੀ ਮਾਂ ਦੇ ਦਰਬਾਰ ਦੀ ਹਾਜ਼ਰੀ। ਦੇਖੋ ਮੈਂ ਗਾਣੇ ਵਿੱਚ ਲਗਾ ਦਿੱਤੀ ਆ, ਅਸੀਂ ਹਾਜ਼ਰੀ ਲਗਾ ਦਿੰਦੇ ਹਾਂ, ਹੈ ਨਾ? ਬੋਲੋ ਸੱਚੇ ਦਰਬਾਰ ਕੀ, ਬਾਬੇ ਵਾਲੀ ਮਾਂ ਦੇ ਦਰਬਾਰ ਦੀਆਂ ਵੀ ਹਾਜ਼ਰੀਆਂ ਆਈਆਂ। ਕੁੜੀਆਂ ਨੂੰ ਲੋਕੀ ਪੂਜਦੇ ਕੰਜਕ ਰੂਪ ਦੇ ਵਿੱਚ, 8 ਸਾਲ ਤੋਂ ਥੱਲੇ ਕੁੜੀ ਹੁੰਦੀ ਆ ਉਹਨੂੰ ਪੂਜਿਆ ਜਾਂਦਾ, ਮਾਂ ਦਾ ਦਰਜਾ ਦਿੱਤਾ ਜਾਂਦਾ। ਪਰ ਅਦੂ ਸਾਡਾ ਸਮਾਜ ਕਿੱਥੇ ਜਾਂਦਾ ਆ, ਅਦੂ ਸਾਡੀ ਸਭਿਅਤਾ ਕਿੱਥੇ ਜਾਂਦੀ ਆ, ਜਦੋਂ ਕੁੱਖ ਦੇ ਵਿੱਚ ਕੁੜੀ ਨੂੰ ਮਾਰਿਆ ਜਾਂਦਾ। ਹਾਏ ਹਾਏ, ਆਹ ਸ਼ਰਮ ਦੀ ਗੱਲ ਹੈ। ਮਾਂ ਮੇਰੀ ਇਹ ਬੜੇ ਪੈਸੇ ਹੋ ਗਏ, ਆ ਇਹ ਸੁਣਾਉਣਾ ਮੈਂ ਜਾਂਦੇ ਜਾਂਦੇ। ਕੁੜੀਆਂ ਦੀ ਗੱਲ ਸੁਣਿਓ, ਸਾਡੇ ਵੀ ਧੀਆਂ ਹੈਗੀਆਂ, ਸਾਡੇ ਘਰ ਵੀ ਕੁੜੀਆਂ ਹੈਗੀਆਂ, ਜਿਨ੍ਹਾਂ ਦੇ ਘਰ ਧੀਆਂ ਹੁੰਦੀਆਂ, ਜਿਨ੍ਹਾਂ ਦੇ ਵੀਰਾਂ ਦੀਆਂ ਭੈਣਾਂ ਹੁੰਦੀਆਂ ਉਹੀ ਜਾਣਦੇ ਆ। ਜਿਹੜੇ ਵੀਰ ਰੱਖੜੀ ਬਣਾਉਂਦੇ ਆ, ਜਿਹੜਾ ਉੱਚੇ ਹੱਥ ਕਰਕੇ ਤਾੜੀ ਵਜਾਓ ਭੈਣ ਦੇ ਨਾਲ, ਜਿਹੜੇ ਰੱਖੜੀ ਬਣਾਉਂਦੇ ਆ। ਔਰ ਜਿਹੜੇ ਧਾਗਾ ਬਣਾਉਂਦੇ ਆ, ਕੋਈ ਗੱਲ ਨਹੀਂ ਮਾਰੋ ਤਾੜੀ, ਲੇਕਿਨ ਜਿਹੜੇ ਰੱਖੜੀ ਬਣਦੇ ਆ, ਜਿਹੜੀ ਭੈਣ ਰੱਖੜੀ ਬਣਦੀ ਆ ਵੀਰ ਨੂੰ, ਉਹ ਤਾੜੀ ਜ਼ਰੂਰ ਵਜਾਓ ਇੱਕ ਵਾਰੀ ਖੁੱਲ ਕੇ ਲੱਭ ਕੇ। ਇਹਨਾਂ ਕੁੜੀਆਂ ਦੀ ਗੱਲ ਸੁਣਾਉਣ ਲੱਗਾ, ਉਹ ਲੋਕੀ ਮਾਰੇ ਜਾਂਦੇ ਆ। ਸਾਡੇ ਇੰਡੀਆ ਦੇ ਵਿੱਚ ਕੁੜੀਆਂ ਨੇ ਇੰਨਾ ਵੱਡਾ ਰੁਤਬਾ ਕਮਾਇਆ, ਇੰਨਾ ਵੱਡਾ ਰੁਤਬਾ ਕਮਾਇਆ, ਸਾਡੇ ਦੇਸ਼ ਦੀਆਂ ਧੀਆਂ ਜਹਾਜ਼ ਲੈ ਕੇ ਜਾਂਦੀਆਂ, ਪਾਇਲਟ ਉਹ ਕਦੋਂ ਹੋਈਆਂ ਮੁੰਡਿਆਂ ਤੋਂ ਘੱਟ, ਮੁੰਡਿਆਂ ਤੋਂ ਘੱਟ ਨੇ ਡਾਕਟਰ, ਇੰਜੀਨੀਅਰ, ਡੀਸੀ, ਪੀਸੀ, ਪਤਾ ਨਹੀਂ ਕਿਹੜੀ ਕਿਹੜੀ ਪੋਸਟ ਤੇ ਕੁੜੀਆਂ, ਔਰ ਫਿਰ ਵੀ ਲੋਕੀ ਕੁੜੀਆਂ ਨੂੰ ਮਾਰੀ ਜਾਂਦੇ ਆ। ਗੱਲ ਸੁਣ ਕੇ ਅਗਰ ਚੰਗਾ ਲੱਗੇ ਤੇ ਜਾਣ ਲੱਗਾ ਬਾਬਾ, ਕੁੜੀਆਂ ਨੇ ਕੁੜੀਆਂ ਤਾਂ ਚਿੜੀਆਂ ਦਾ ਕੀਏ, ਹੇ ਕੁੜੀਆਂ ਨੇ ਕੁੜੀਆਂ ਤਾਂ ਚਿੜੀਆਂ ਦਾ ਕੀਏ, ਕੁੜੀਆਂ ਨੇ ਕੁੜੀਆਂ ਤਾਂ ਚਿੜੀਆਂ ਦਾ ਕੀਏ, ਕੁੜੀਆਂ ਨੇ ਕੁੜੀਆਂ ਤਾਂ ਚਿੜੀਆਂ ਦਾ ਕੀਏ, ਕੁੜੀਆਂ ਨੇ ਕੁੜੀਆਂ ਤਾਂ ਚਿੜੀਆਂ ਦਾ ਬੜੇ ਪੈਸੇ ਬੜੀਆਂ ਬੜੀਆਂ। ਪਹਿਲਾਂ ਸਾਡੇ ਘਰ ਤਿੰਨ ਧੀਆਂ ਸੀ, ਮੇਰਾ ਛੋਟਾ ਭਰਾ ਜਿਹੜਾ ਗਾ ਕੇ ਗਿਆ, ਤਿੰਨ ਧੀਆਂ ਸੀ, ਮਾਤਾ ਰਾਣੀ ਨੇ ਮਨਜ਼ੂਰੀ ਸੀ, ਤਿੰਨ ਭੈਣਾਂ ਆ ਗਈਆਂ, ਕੁੜੀਆਂ ਆ ਗਈਆਂ, ਬੜੀ ਮਿਹਨਤਾਂ ਕੀਤੀਆਂ ਮਾਤਾ ਰਾਣੀ ਨੇ। ਹੁਣ ਇਸ ਰੱਖਿਆ ਬੰਧਨ ਦੇ ਵਿੱਚ ਇੱਕ ਛੋਟਾ ਜਿਹਾ ਮੁੰਡਾ ਸਾਡੇ ਘਰ ਦਿੱਤਾ, ਤਾੜੀ ਮਜਾ ਦੇ ਜਰਾ। ਉਹ ਮੇਰੀ, ਅਸੀਂ ਧਾਹ ਮਾਰ ਮਾਰ ਕੇ ਰੋ ਰੋ ਕੇ, ਧਾਹ ਮਾਰ ਮਾਰ ਕੇ ਰੋਂਦੇ ਸੀ ਮੁੱਛੀਆਂ ਜਾ ਕੇ, ਜਿੱਥੇ ਵੀ ਜਾਂਦੇ ਆ ਨਾ ਦਿਲ ਤੋਂ ਗਾਉਂਦੇ ਹਾਂ ਅਸੀਂ, ਫਾਫੜ ਦਾਲ ਨਹੀਂ ਆਉਂਦੇ ਸਾਨੂੰ, ਅਸੀਂ ਜਦੋਂ ਗਾਉਂਦੇ ਹਾਂ ਦਿਲ ਤੋਂ ਗਾਉਂਦੇ ਹਾਂ, ਪਰ ਮਾਤਾ ਰਾਣੀ ਨੇ ਸਾਡੀ ਸੁਣੀ ਆ। ਉਹਨਾਂ ਤਿੰਨਾਂ ਭੈਣਾਂ ਨੂੰ ਰੱਖਿਆ ਬੰਧਨ ਵਾਲੇ ਦਿਲ ਇੱਕ ਭਰਾ ਦੇ ਦਿੱਤਾ ਦੱਬ ਕੇ ਦੱਸਦਾ, ਕੁੜੀਆਂ ਕੁੜੀਆਂ ਤੱਕੜੀਆਂ ਕੁੜੀਆਂ 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 ਤੱਕੜੀਆਂ ਕੁੜੀਆਂ ਕੁੜੀਆਂ ਤੱਕੜੀਆਂ ਕੁੜੀਆਂ ਕੁੜੀਆਂ ਤੱਕੜੀਆਂ ਕੁੜੀਆਂ ਕੁੜੀਆਂ ਤੱਕੜੀਆਂ ਸੁਣ ਕੇ।
Thank you.